ਮੇਰਾ ਨਾਮ ਅਮਰਜੀਤ ਸਿੰਘ ਆ ਜੀ। ਕਿਹੜਾ ਪਿੰਡ ਹੈ? ਮੇਰਾ ਪਿੰਡ ਭੈਲ ਆ ਜੀ, ਇਹ ਸ਼ੇਖ ਚੱਕ ਪਿੰਡ ਆ ਜੀ। ਕਿਹੜਾ ਹਾਦਸਾ ਜਿਹੜਾ, ਕੀ ਦਿੱਕਤ ਹੋਇਆ? ਹਾਦਸਾ ਵੀਰ ਜੀ ਇੱਦਾਂ ਕਿ ਦੋ ਮੁੰਡੇ ਜਿਹੜੇ ਉਹ ਗੱਡੀ ਚਲਾ ਕੇ ਆ ਰਹੇ ਸੀ, ਤਰਨ ਤਰਨ ਸਾਈਡ ਤੋਂ ਰੋਂਗ ਸਾਈਡ ਆ ਰਹੇ ਸੀ, ਅਤੇ ਉਹਨਾਂ ਦੀ ਸ਼ਰਾਬ ਪੀਤੀ ਹੋਈ ਆ। ਪਹਿਲਾਂ ਇਹਨਾਂ ਮੋਟਰਸਾਈਕਲ 'ਚ ਮਾਰਿਆ, ਦੋ ਲੜਕੇ ਸੀ, ਉਹਦੀ ਇੱਕ ਲੜਕੇ ਦੀ ਲੱਤ ਟੁੱਟੀ ਆ, ਇੱਕ 'ਤੇ ਕਾਫੀ ਗੰਭੀਰ ਸੱਟਾਂ। ਉਸ ਤੋਂ ਬਾਅਦ ਅੱਗੇ ਜਾ ਕੇ 100 ਕੁ ਮੀਟਰ 'ਤੇ ਇਹਨਾਂ ਇੱਕ ਮੋਪੜ 'ਚ ਮਾਰੀ ਆ, ਉਹ ਦੋ ਜਨਾਨੀਆਂ ਲੜਕੀ ਦੀ ਵੀ ਲੱਤ ਟੁੱਟ ਗਈ। ਬੰਦੇ ਸਾਰੇ ਪ੍ਰੂਫ ਵੇਖਣ ਤੋਂ ਪਤਾ ਲੱਗਾ ਘਰਿਆਲੇ ਲਾਗੇ ਪਿੰਡ ਆ, ਕੋਈ ਤਲਵੰਡੀ ਤੋਂ ਉੱਥੋਂ ਦੇ ਪਿੰਡ ਆ, ਤਲਵੰਡੀ ਬੁੱਧ। ਇਹ ਗੱਡੀ 'ਤੇ ਵੀਰ ਜੀ ਸਵਿਫਟ ਗੱਡੀ ਇਹਨਾਂ ਕੋਲ। ਹਾਂਜੀ, ਪੁਲਿਸ ਨੇ ਆਪਦੀ ਅੰਡਰ ਲੈ ਲਏ ਆ, ਵੇਖੋ ਹੁਣ ਕੀ ਕਾਰਵਾਈ ਬਣਦੀ। ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਹਸਪੀਟਲ ਰੈਫਰ ਕਰਤਾ ਜੀ। ਦੋ ਜਿਹੜੇ ਜ਼ਖਮੀ ਆ ਜੀ ਉਹ 3 ਜਣੇ ਆ ਜੀ, ਦੋ ਲੜਕੀਆਂ, ਇੱਕ ਲੜਕੀ ਅਤੇ ਦੋ ਬੱਚੇ ਜਿਹੜੇ। ਹਾਂਜੀ, ਰੋਂਗ ਸਾਈਡ ਆ ਰਹੇ ਸੀ ਜੀ, ਸ਼ਰਾਬ ਪੀਤੀ ਹੋਈ ਆ ਜੀ। ਐਂ ਅੰਮ੍ਰਿਤਸਰ ਉਹਨਾਂ ਦੇ ਪੈਲੀ ਇੱਥੇ ਨਰਗਾਬਾਦ, ਇੱਥੇ ਠੇਕਾ ਲੈਣ ਚੱਲੇ ਆ। ਕਿਹੜੀ ਗੱਡੀ ਤੁਹਾਡੇ ਕੋਲ? ਸਿਫਟ। ਐਕਸੀਡੈਂਟ ਹੋਇਆ, ਇਹ ਕਿੱਦਾਂ ਹੋਇਆ? ਇਹ ਇੱਕ ਬੰਨੇ ਬੱਸਾਂ ਤੇ ਕਾਰਾਂ ਜਾਂਦੀਆਂ ਸੀ, ਤੇ ਉਹ ਬੱਸ ਵਾਲਾ ਇੱਕ ਹੋਰ ਨੂੰ ਮਾਰ ਕੇ ਵੀ ਉਹ ਵੀ ਭਜਾ ਕੇ ਲੈ ਗਿਆ ਵਾ, ਤੇ ਉਸ ਜਾਮਰ ਆ ਵੀ ਐਕਟਵਾ ਜਿਹੜੀ ਆ ਉਹ ਵਿਚਕਾਏ ਸੈਂਟਰ ਦੇ ਵਿੱਚ ਲੰਦੀ। ਆਹ ਗੱਲ ਹੋਈ। ਰਜਿੰਦਰ ਸਿੰਘ ਚਾਟੀ ਪਿੰਡ, ਤੇ ਤਰਨ ਤਰਨ ਵੀ ਰਹਿਸ਼ ਹੈਗੀ ਆ, ਤੇ ਇੱਥੇ ਵਰਾਣੇ ਵੀ ਹੈਗੀ, ਇੱਥੇ ਪੈਲੀ ਆ ਵਰਾਣੇ। ਨਾਲ ਇਹ ਰਿਸ਼ਤੇਦਾਰ ਇੱਥੋਂ ਕੇਮ ਕਰਨ ਲੱਗ ਬਟਵਾ ਹੈਗੀ ਆ। ਨਾ ਸ਼ਰਾਬ ਤੇ ਉਹ ਦੂਜਾ ਬੀਅਰ ਪੀਤੀ ਆ, ਉਹ ਠੇਕੇ ਤੋਂ ਪੀਤੀ। ਨਾ ਡੋਰ ਟੈਸਟ ਕਰਾ ਲੈਣ, ਇਹ ਬੀਅਰ ਪੀਤੀ ਆ। ਕਪੂਰਥਲੇ ਤੋਂ ਆਉਂਦੀ ਆ ਗੁਰਮੋਲ ਸਿੰਘ ਦਾਸ ਦਾ ਨਾਮ ਜੀ, ਤਰਨ ਤਰਨ ਸਾਹਿਬ ਜਾਂਦੇ ਸੀ ਭਾਈ, ਤੇ ਕਿੱਦਾਂ ਸੰਘੇ ਪਿੰਡ ਲਾ ਕੇ ਕਿੱਦਾਂ ਆਪਾਂ ਆਏ ਹਾਂ, ਤੇ ਕਿੱਦਾਂ ਗੱਡੀ ਸੀ ਉਹਨਾਂ ਨੇ, ਤੇ ਕਿੱਦਾਂ ਪਹਿਲਾਂ ਗੱਡੀ ਦੇ ਅੱਗੇ ਗੱਡੀ ਲੰਘ ਗਈ, ਕਿੱਦਾਂ ਉਹਦੇ ਪਿੱਛੇ ਸੀ ਮੈਂ, ਤੇ ਕਿੱਦਾਂ ਮੈਂ ਪੂਰਾ ਕੱਚੇ ਲਾ ਲਏ, ਤੇ ਇਹਨਾਂ ਨੇ ਕਿੱਦਾਂ ਟ੍ਰੇਨ ਟ੍ਰੇਨ ਕੀਤੀ ਪਈ ਬੰਦਿਆਂ ਨੇ, ਤੇ ਕਿੱਦਾਂ ਪਹਿਲਾਂ ਸਾਡੇ 'ਚ ਮਾਰਿਆ, ਤੇ ਫਿਰ ਕਿੱਦਾਂ ਇੱਕ ਪਿੱਛੇ ਐਕਟਿਵਾ ਆਉਂਦੀ ਉਹਨਾਂ 'ਚ ਵੀ ਮਾਰਿਆ ਉਹਨਾਂ ਨੇ, ਰੋਂਗ ਸਾਈਡ ਸਾਡੇ ਵਾਲੇ ਪਾਸੇ ਲਿਆ ਕੇ, ਅਸੀਂ ਬਾਈਕ 'ਤੇ ਸੀ ਦੋ ਜਾਣੇ, ਮੈਂ ਅਤੇ ਮੇਰਾ ਬ੍ਰਦਰ ਸੀ। ਹਾਂਜੀ, ਇਸ ਕਿੱਦਾਂ ਸਾਡੇ ਤੋਂ ਥੋੜ੍ਹਾ ਜਿਹਾ ਪਿੱਛੇ ਕਿੱਦਾਂ 50-100 ਕੁ ਮੀਟਰ 'ਤੇ ਕਿੱਦਾਂ ਪਿੱਛੇ ਐਕਟਿਵਾ ਵਾਲੇ, ਤੋ ਉਹਨਾਂ 'ਚ ਵੀ ਮਾਰਿਆ ਉਹਨੇ ਬਾਅਦ 'ਚੋਂ। ਹਾਂਜੀ, ਹਾਂਜੀ, ਡਰਿੰਕ ਬੋ ਕੀਤੀ ਪਈ ਉਹਨਾਂ ਨੇ ਮੌਕੇ 'ਤੇ, ਉੱਥੇ ਬੰਨੇ ਪੈ ਕਿੱਦਾਂ ਪਿੰਡ ਵਾਲਿਆਂ ਨੇ ਬੰਨੇ ਪੈ, ਹੁਣ ਕਿੱਦਾਂ ਮੌਕੇ 'ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਖਿਲਾਫ ਹੀ, ਇੱਦਾਂ ਕਿੱਦਾਂ ਹੋ ਸਕਦਾ ਡਰਿੰਕ ਕਿੱਦਾਂ ਕਿੱਦਾਂ ਕਹਿੰਦੇ ਕਿ ਕਿੱਦਾਂ ਹੋ, ਕਿੱਦਾਂ ਹੋ ਸਕਦਾ ਹੋਈ ਆ? ਇਹਨਾਂ ਦੋ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਆ, ਦੋਵਾਂ ਦੇ ਮੋਟਰਸਾਈਕਲ ਲੱਤਾਂ ਤੋੜੀਆਂ ਵਾ। ਇਹ ਤਲਵੰਡੀ ਆਪਣੇ ਇੱਥੇ ਗੋਂਦਵਾਲ ਸਾਹਿਬ ਆ ਰਹੇ ਆ, ਤਰਨ ਤਾਰਨ ਨੂੰ ਆਉਂਦੇ ਸੀਗੇ, ਅਤੇ ਇਹਨਾਂ ਦੋ ਮੋਟਰਸਾਈਕਲ 'ਤੇ ਗੱਡੀ ਮਾਰੀ ਆ, ਸ਼ਰਾਬ ਇਹਨਾਂ ਪੀਤੀ ਆ, ਬਾਂਦੀ ਕਾਰਵਾਈ ਇਹਨਾਂ ਨੇ ਕਰ ਦਿੰਦੇ। ਇਹ ਹੀਰਾ ਸਿੰਘ, ਗਰਮੇਸ਼ ਸਿੰਘ ਵਾਸੀ ਤਲਵੰਡੀ ਬੋਧ ਸਿੰਘ ਦਾ ਵਾ, ਅਤੇ ਜਿਹੜਾ ਰਜਿੰਦਰ ਸਿੰਘ ਆ, ਸਾਨੂੰ ਬਲਵੀਰ ਸਿੰਘ, ਇਹ ਚਾਟੀ ਪਿੰਡ ਦਾ, ਇਹ ਦੋਵੇਂ ਗੱਡੀ 'ਚ ਆਉਂਦੇ ਸੀ। ਹਾਂ, ਇਹਨਾਂ 'ਚ ਬਾਂਦੀ ਕਾਰਵਾਈ ਕਰ ਦਿੰਦੇ।